ਪੰਜਾਬ ਨੂੰ ਜਿੱਦਾਂ ਤੁਸੀਂ 20 ਸਾਲ ਦੀ ਗੱਲ ਕੀਤੀ ਹੈ ਪੰਜਾਬ ਦੀ ਆਲਰੇਡੀ ਸਾਨੂੰ ਵਿਦਵਾਨ ਕਹਿੰਦੇ ਆ ਵੀ ਜਿਹੜੇ ਤਿੰਨ ਲਹਿਰਾਂ ਦੇ ਵਿੱਚੋਂ ਅਸੀਂ ਦੋ ਲਹਿਰਾਂ ਖਤਮ ਕਰ ਚੁੱਕੇ ਹਾਂ ਸਿਰਫ ਇੱਕ ਲਹਿਰ ਦਾ ਪਾਣੀ ਹੈ ਜਿਹੜਾ ਸਾਡੇ ਕੋਲ ਬਚਿਆ ਜੇ ਅਸੀਂ ਪੰਜਾਬ ਨੂੰ ਬਚਾਉਣ ਦੇ ਬਾਰੇ ਸੋਚਣਾ ਵੀ ਹੈ ਅੱਜ ਤਾਂ ਸਾਨੂੰ ਇਦਾਂ ਦੇ ਕਦਮ ਜਿਹੜੇ ਆ ਚੁੱਕਣੇ ਪੈਣਗੇ ਸਾਡੀਆਂ ਸਰਕਾਰਾਂ ਨੂੰ ਇਹਦੇ ਪ੍ਰਤੀ ਸਗਿਰਦ ਹੋਣਾ ਪਊਗਾ ਇਹਦੇ ਬਾਰੇ ਸੋਚਣਾ ਪੈਣਾ ਹੈ ਇਹ ਤੋਂ ਬਾਅਦ ਤੋਂ نیچے ਇੱਥੇ ਤਿੰਨ ਡਿੱਗੀਆਂ ਬਣਨੀਆਂ ਜਿਨ੍ਹਾਂ ਦੇ ਵਿੱਚ ਰੇਗ ਇਕੱਠੀ ਹੋਣੀ ਹੈ ਅਲੱਗ-ਅਲੱਗ ਤਿੰਨ ਉਸ ਤੋਂ ਬਾਅਦ ਇਹ ਜਿਹੜਾ ਆਹ ਸਤ ਹੈਗੀ ਉਸ ਤੋਂ ਬਾਅਦ ਇਹ ਜਿਹੜਾ ਫਿਲਟਰ ਦੇ ਵਿੱਚ ਪੈਣਾ ਹੈ ਇਹਦੇ ਵਿੱਚ ਬਕਾਇਦਾ ਅਸੀਂ ਫਿਲਟਰ ਬਣਾਵਾਂਗੇ ਚਾਰ ਲੇਡ ਦਾ ਫਿਲਟਰ ਬਣਾਣਾ ਹੈ ਤੇ ਜਿਹੜਾ ਤੁਸੀਂ ਦੇਖਿਆ ਸੀ ਇਹ ਤਾਂ ਲਿਆ ਹੁੰਦਾ ਖੰਗਰ ਤੇ ਪਿੱਲਾ ਪਲਾਸ ਹੈਗਾ ਹੀ ਰੋੜਾ ਇਹ ਪਾਉਣਾ ਹੈ ਉਸ ਤੋਂ ਉੱਪਰ ਜਿਹੜਾ ਪੱਥਰ ਪਾਣਾ ਹੈ ਜਿਹੜਾ ਆਪਣੇ ਸੜਕਾਂ ਤੇ ਹੁੰਦਾ ਹੈ ਮੋਟਾ ਉਸ ਤੋਂ ਉੱਪਰ ਕੋਲਾ ਪਾਣਾ ਜਿਹਨੂੰ ਚਾਰ ਕੋਲ ਕਿਹਾ ਜਾਂਦਾ ਹੈ ਤੇ ਉਸ ਤੋਂ ਉੱਪਰ ਹੈ ਜਿਹੜਾ ਮੋਟਾ ਬਰੀਕ ਬਾਜਰੀ ਪਣੀ ਚਾਰ ਫਿਲਟਰ ਜਿਹੜਾ ਉਹ ਫਿਰ ਜਿਹੜਾ ਜਿੱਥੋਂ ਤੱਕ ਤੁਸੀਂ ਪਲਾਸਟਰ ਦੇਖ ਰਹੇ ਹੋ ਇੰਨਾ ਇਹ ਪਾਣੀ ਨਾ ਭਰਨਾ ਹੈਗਾ ਤੇ نیچے ਜਿਹੜਾ ਹੈਗਾ 15 ਕਰੀਬ ਦੇ ਕੋਟਾ ਜਿਹੜਾ ਫਿਲਟਰ ਬਣਾਉਣਾ ਹੈ ਵਿੱਚ ਤੇ ਫਿਰ نیچے ਇਹਦੇ ਚ ਜਿਹੜੀ ਬੋਰਿੰਗ ਵਾਲੀ ਤੁਸੀਂ ਪਾਈਪ ਦੇਖ ਰਹੇ ਹੋ ਇਹ ਪਾਈਪ ਦਾ ਹੈਗਾ نیچے ਸਾਰੇ ਸਕੂਲ ਇਹਦੇ ਵਿੱਚ ਉਹਦੇ ਵਿੱਚ ਫਿਲਟਰ ਕਮਾ ਦੇਵਾਂਗੇ ਤੇ ਉਹ ਜਿਹੜਾ ਉੱਪਰੋਂ ਝੀਰ ਕੇ ਪਾਣੀ ਜਾਏਗਾ ਨਾ ਜੋ ਫਿਲਟਰ ਹੈ ਝੀਰ ਕੇ ਜਾਏਗਾ ਫਿਰ ਉਹ ਧਰਤੀ ਦੇ ਵਿੱਚ ਬੋਰ ਰਾਹੀਂ 220 ਫੁੱਟ ਦੀ ਡੰਗਾਈ ਤੇ ਜਿਹੜਾ ਪੱਤਨ ਤੇ ਹੋ ਜਾਏਗਾ ਜਿਹੜਾ ਇੱਥੇ 220 ਫੁੱਟ ਤੇ ਪਾਣੀ ਭੇਜਣਾ ਹੈ ਸਾਹਮਣੇ ਵਾਟਰ ਬਾਕਸ ਹੈ ਵਾਟਰ ਬਾਕਸ ਵਾਲੀ ਜਿਹੜੀ ਬੋਰਿੰਗ ਹੈ ਜਿਹੜਾ ਪੂਰੇ ਪਿੰਡ ਨੂੰ ਪਾਣੀ ਜਾ ਰਿਹਾ ਹੈ ਉਹ ਵੀ 220 ਫੁੱਟ ਦੀ ਡੰਗਾਈ ਤੇ ਜੇ ਇਹ ਪਣੀ ਜੀਰਨ ਤਾਂ ਕਿਤੇ ਨਾ ਕਿਤੇ ਉਹ ਪਾਣੀ ਨੂੰ ਜਿਹੜਾ ਸਾਫ਼ ਕਰੂਗੀ ਤਾਂ ਉਹ ਸਾਡੇ ਨਗਰ ਦੇ ਵਿੱਚ ਉਹੀ ਪਾਣੀ ਅੱਗੇ ਜੀਰ ਕੇ ਇੱਥੋਂ ਪਾਣੀ ਉਸੇ ਬੋਲ ਰਹੇ ਕਿਤੇ ਨਾ ਕਿਤੇ ਉਹਨੂੰ ਪਿੰਡ ਦੇ ਲੋਕਾਂ ਨੂੰ ਵੀ ਤਾਂ ਕਰਕੇ ਵੀ ਵਧੀਆ ਪਾਣੀ ਮਿਲ ਸਕੇ ਇਹ ਉਪਰਾਲਾ ਕੀਤਾ ਗਿਆ ਵੀ ਨਾਲ ਜੇ ਖੂਹ ਦਾ ਕੀਤਾ ਤਾਂ ਨਾਲ ਅਸੀਂ ਬੋਰਿੰਗ ਦਾ ਕੀਤਾ ਐਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਹਰ ਪਿੰਡ ਹਰ ਪਿੰਡ 'ਚ ਇਹ ਹੋਣੇ ਚਾਹੀਦੇ ਆ ਤੇ ਸਰਕਾਰ ਨੂੰ ਅਸੀਂ ਇੱਕ ਮਾਡਲ ਬਣਾ ਕੇ ਦੇ ਰਹੇ ਆ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਐਦਾਂ ਦੇ ਉਪਰਾਲੇ ਕਰੋ ਜੇ ਪੰਜਾਬ ਨੂੰ ਬਚਾਉਣਾ ਹੈ ਪਾਣੀ ਤੋਂ ਬਿਨਾ ਅਸੀਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ ਕੱਲੇ ਮਨੁੱਖ ਦੀ ਨਹੀਂ ਹਰ ਪ੍ਰਜਾਤੀ ਦੇ ਜੀਵਨ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ ਪਾਣੀ ਤੋਂ ਬਿਨਾ ਕਿਸੇ ਵੀ ਧਰਤੀ ਨੂੰ ਬਚਾਇਆ ਨਹੀਂ ਜਾ ਸਕਦਾ ਤੇ ਇਦਾਂ ਦੇ ਉਪਰਾਲੇ ਲਾਜ਼ਮੀ ਆ ਸਰਕਾਰ ਨੂੰ ਵੀ ਅਪੀਲ ਕਰਾਂਗੇ ਵੀ ਇਦਾਂ ਦੇ ਉਪਰਾਲੇ ਕਰੋ ਜਿਆਦਾ ਜਿਆਦਾ ਪਟੰਡੇ ਦੇ ਬਿਲਕੁਲ ਨਾਲ ਹੈ ਚਿੱਟੀਆਂ ਪਿੰਡ ਚਿੱਟੀਆਂ ਪਿੰਡ ਹੈ ਕਿ ਚਿੱਟੀਆਂ ਸੱਪਣੀਆਂ ਉਥੋਂ ਦੇ ਸਾਨੂੰ ਤੁਸੀਂ ਦੇਖਿਆ ਨਿਊਜ਼ਾਂ ਵੀ ਆਈਆਂ ਬਹੁਤ ਜ਼ਿਆਦਾ ਇੱਕ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪਲਿਓਟ ਹੋ ਚੁੱਕਾ ਹੈ ਮੇਰੇ ਪਿੰਡ ਦੇ ਵਿੱਚ ਵੀ ਹੈਗੇ ਅੱਜ ਇੱਕ ਮੈਂ ਕਹਿੰਦਾ ਵੀ ਦਰਜਣ ਦੇ ਕਰੀਬ ਹੈ ਜਿਹੜਾ ਮੇਰੇ ਦੇਖਦੇ ਦੇਖਦੇ ਕੈਂਸਰ ਨਾਲ ਮੌਤਾਂ ਹੋ ਚੁੱਕੀਆਂ ਅੱਜ 5 ਤੋਂ 6 ਮਰੀਜ਼ ਹੈ ਜਿਹੜੇ ਅੱਜ ਪਿੰਡ ਦੇ ਵਿੱਚ ਵੀ ਬੈਠੇ ਹੈ ਕੈਂਸਰ ਵਾਲੇ ਤੇ ਇਹ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਮੈਂ ਹੁਣੇ-ਹੁਣੇ ਪਹਿਲਾਂ ਵੀਰੇ ਦੇਖ ਰਿਹਾ ਸੀ ਇੱਕ ਅਬੋਰ ਦਾ ਪਿੰਡ ਹੈਗਾ ਜਿੱਥੇ ਕੈਂਸਰ ਦੇ 50-50 ਮਰੀਜ਼ ਇੱਕ ਪਿੰਡ ਦੇ ਵਿੱਚ ਬੈਠੇ ਆ ਤੇ ਐਦਾਂ ਦਾ ਕੋਈ ਪਰਿਵਾਰ ਨਹੀਂ ਐਦਾਂ ਦਾ ਕੋਈ ਘਰ ਨਹੀਂ ਹੈਗਾ ਜਿਹਦੇ ਵਿੱਚ ਕੋਈ ਨਾ ਕੋਈ ਜਾਂ ਮੱਦਬੁੱਧੀ ਨਾ ਪੈਦਾ ਹੋ ਸਕੇ ਜਾਂ ਬਾਹਜ ਬੱਚਾ ਨਾ ਪੈਦਾ ਹੋ ਰਿਹਾ ਹੋਵੇ ਇਹ ਕਿਤੇ ਨਾ ਕਿਤੇ ਸਾਰੇ ਕਾਰਨ ਹੈ ਇਹ ਪਾਣੀ ਦੇ ਕਾਰਨ ਹੈ ਜੇ ਅਸੀਂ ਪਾਣੀ ਨੂੰ ਨਾ ਬਚਾਇਆ ਤਾਂ ਅਸੀਂ ਜਿੱਦਾਂ ਪਹਿਲਾਂ ਵੀ ਗੱਲ ਕਰੀਏ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ ਜੀ ਸਵਾਗਤ ਕਰਦੇ ਆ ਪੰਜਾਬ న్యూਸ ਚੈਨਲ ਤੇ ਮੈਂ ਸਿਮਰਜੀਤ ਸਦਾਨਾ ਯੂਐਨਐਨ ਨੇ ਕਿਹਾ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਪੰਜਾਬ ਕੋਲ ਜਿਹੜਾ ਪਾਣੀ ਹੈ ਉਹ ਖਤਮ ਹੋ ਜਾਣਾ ਤਾਂ ਆਉਣ ਵਾਲੀਆਂ ਨਸਲਾਂ ਨੂੰ ਆਉਣ ਵਾਲੀਆਂ ਫਸਲਾਂ ਨੂੰ ਅਸੀਂ ਜਵਾਬ ਦੇ ਹੋਵਾਂਗੇ ਕਿ ਅਸੀਂ ਪਾਣੀ ਦਾ ਅਸਲ ਦੇ ਵਿੱਚ ਕੀਤਾ ਕੀ ਹੈ ਝੋਨੇ ਦੀ ਲਵਾਈ ਸ਼ੁਰੂ ਹੋਣ ਵਾਲੀਆਂ ਦਾ ਝੋਨੇ ਦੀ ਲਵਾਈ ਦੇ ਵਿੱਚ ਪਾਣੀ ਦੀ ਵੱਡੀ ਪੱਧਰ ਤੇ ਬਰਬਾਦੀ ਹੁੰਦੀ ਹੈ ਪੰਜਾਬ ਕੋਲ ਪਾਣੀ 90 ਸਾਲਾਂ ਦਾ ਰਿਹਾ ਹੈ ਸਰਕਾਰ ਆ ਜਿਹੜੀ ਸਰਕਾਰ ਵੀ ਇਸ ਮੁੱਦੇ ਤੇ ਸੀਰੀਅਸ ਨਹੀਂ ਹੈ ਕੋਸ ਕਦਮ ਜਿਹੜੀ ਸਰਕਾਰ ਵੱਲੋਂ ਜਿਹੜੇ ਚੱਕੇ ਜਾਣੇ ਚਾਹੀਦੇ ਆ ਉਹ ਵੀ ਚੱਕੇ ਨਹੀਂ ਜਾ ਰਹੇ ਤਾਂ ਜਿਹੜਾ ਬਠੰਡਾ ਦੇ ਸੀ ਮੰਡੀ ਖੁਰਦ ਪਿੰਡ ਦੇ ਵਿੱਚ ਮੌਜੂਦ ਹੈ ਸਯੋਗੂ ਨੇ ਪਿੰਡ ਦਾ ਕਿਰ ਦਿਖਾ ਦਿੱਤਾ ਜਾਵੇ ਇਹ ਬੋਰ ਕੀਤਾ ਹੋਇਆ ਹੈ ਮੰਡੀ ਖੁਰਦ ਦੇ ਗਰਤੇਜ ਸਿੰਘ ਦਾ ਕਿਉਂਕਿ ਜਿਹੜਾ ਫालतੂ ਬਣ ਜਿਹੜਾ ਮੋਗੇ ਦਾ ਪਾਣੀ ਜਾਂ ਨਹਿਰ ਦਾ ਸੋਏ ਦਾ ਪਾਣੀ ਆਉਣਾ ਹੈ ਪਾਣੀ ਦੀ ਬਰਬਾਦੀ ਹੋਣ ਤੋਂ ਜਿਹੜੀ ਪਾਣੀ ਦੀ ਬਰਬਾਦੀ ਹੁੰਦੀ ਹੈ ਉਹਨੂੰ ਰੋਕਣ ਦੇ ਲਈ ਇਹ ਬੋਰ ਕੀਤਾ ਗਿਆ ਜਿਹੜਾ ਬਾਹਰੋਂ ਪਾਣੀ ਆਉਣਾ ਹੈ ਮੋਗੇ ਦਾ ਪਾਣੀ ਆਉਣਾ ਤੇ ਇਹਦੇ ਵਿੱਚ ਪਾਣੀ ਧਰਤੀ ਦੇ ਵਿੱਚ ਪਾਇਆ ਜਾਣਾ ਤਾਂ ਗੱਲਬਾਤ ਕਰਦਾ ਆਪਾਂ ਬਾਈ ਦੇ ਨਾਲ ਕਿ ਕਿੰਨੇ ਦਿਮਾਗ ਦੇ ਵਿੱਚ ਗੱਲ ਆਈ ਕੀ ਹਲਚਲ ਹੈ ਬਈ ਸੱਸੀ ਗੱਲ ਵੀਰ ਜੀ ਮੇਰੇ ਵੱਲੋਂ ਪੰਜਾਬ ਨਿਊਜ਼ ਦਾ ਤੈਦੋਂ ਧੰਨਵਾਦ ਕਵਰ ਕਰਨ ਲਈ ਸ਼ੁਕਰੀਆ ਜੀ ਇਹ ਤਾਂ ਤੁਸੀਂ ਇੱਕ ਖੇਤ ਦੇ ਵਿੱਚ ਬੋਰ ਕੀਤਾ ਅਸਲ ਦੇ ਵਿੱਚ ਦਿਮਾਗ ਦੇ ਵਿੱਚ ਗੱਲ ਕਿਸ ਤਰ੍ਹਾਂ ਹੈ ਵੀਰ ਇਹ ਤਾਂ ਸਾਨੂੰ ਹਰ ਪੰਜਾਬੀ ਨੂੰ ਲਿਉਣਾ ਪੈਣਾ ਮੰਨ ਦੇ ਵਿੱਚ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ ਹੈ ਪੰਜਾਬ ਨੂੰ ਜਿੱਦਾਂ ਤੁਸੀਂ 20 ਸਾਲ ਦੀ ਗੱਲ ਕੀਤੀ ਹੈ ਪੰਜਾਬ ਦੀ ਆਲਰੇਡੀ ਸਾਨੂੰ ਵਿਦਵਾਨ ਕਹਿੰਦੇ ਆ ਵੀ ਜਿਹੜੇ ਤਿੰਨ ਲਹਿਰਾਂ ਦੇ ਵਿੱਚੋਂ ਅਸੀਂ ਦੋ ਲਹਿਰਾਂ ਖਤਮ ਕਰ ਚੁੱਕੇ ਹਾਂ ਸਿਰਫ ਇੱਕ ਲਹਿਰ ਦਾ ਪਾਣੀ ਹੈ ਜਿਹੜਾ ਸਾਡੇ ਕੋਲ ਬਚਿਆ ਜੇ ਅਸੀਂ ਪੰਜਾਬ ਨੂੰ ਬਚਾਉਣ ਦੇ ਬਾਰੇ ਸੋਚਣਾ ਵੀ ਹੈ ਅੱਜ ਤਾਂ ਸਾਨੂੰ ਇਦਾਂ ਦੇ ਕਦਮ ਜਿਹੜੇ ਚੁੱਕਣੇ ਪੈਣਗੇ ਸਾਡੀਆਂ ਸਰਕਾਰਾਂ ਨੂੰ ਇਹਦੇ ਪ੍ਰਤੀ ਸਗਿਰਦ ਹੋਣਾ ਪਊਗਾ ਇਹਦੇ ਬਾਰੇ ਸੋਚਣਾ ਪੈਣਾ ਬਸ ਉਸੇ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀਰੇ ਆਪਣੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਹੈ ਅਸੀਂ ਇੱਕ ਮਾਡਲ ਦੇ ਤੌਰ ਤੇ ਕਹਿ ਲੋ ਚਾਹੇ ਕਿਉਂਕਿ ਇੱਕ ਖੂਤ ਆ ਹੈਗਾ ਅਸੀਂ ਸਿਰਫ ਦਿਖਾ ਸਕਦੇ ਆਂ ਵੀ ਇਹਦੇ ਵਿੱਚੋਂ ਇੱਕ ਪਿੰਡ ਮੰਡੀ ਖੁਰਦਾ ਹੈ ਜਿਹੜਾ ਇਹ ਦਿਖਾ ਸਕਦਾ ਪਰ 12729 ਪਿੰਡ ਹੈ ਇਹ ਸਾਰੀ ਹਰ ਜਗ੍ਹਾ ਇਹ ਉਪਰਾਲੇ ਕਰਨੇ ਪੈਣਗੇ ਜੇ ਅਸੀਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ ਉਹਨੂੰ ਪਲੂਟ ਹੋਣ ਤੋਂ ਬਚਾਉਣਾ ਤਾਂ ਇਦਾਂ ਦੇ ਉਪਰਾਲੇ ਲਾਜ਼ਮੀ ਆ। ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿs ਵਿਧੀ ਦੇ ਨਾਲ ਜਿਹੜਾ ਪਾਣੀ ਦੀ ਜਿਹੜੀ ਆ ਸਾਂਭ ਸੰਭਾਲ ਹੋਣੀ ਆ ਕਿਵੇਂ ਭਾਈ ਜਿਹੜੀ ਇੱਥੇ ਜਿਹੜੀ ਡਿੱਗੀ ਬਣਨੀ ਆ ਜਿਹੜਾ ਇੱਥੇ ਜਿਹੜੀ ਡਿੱਗੀ ਬਣਾਉਣੀ ਆ ਤੁਸੀਂ ਪੱਕੀ ਹਾਂਜੀ ਬਾਈ ਜੀ ਇਹ ਜਿਹੜਾ ਖਾਲ ਹੈ ਜਿਹੜਾ ਪਾਣੀ ਆ ਰਿਹਾ ਹੈਗਾ ਨਹਿਰੀ ਪਾਣੀ ਆ ਰਿਹਾ ਹੁਣ ਦੇਖ ਲਓ ਤੁਸੀਂ ਹੈ ਨਹੀਂ ਅੱਜ ਦੇ ਸਮੇਂ ਦੇ ਵਿੱਚ ਕੀ ਹੈ ਜਦੋਂ ਸਾਨੂੰ ਲੋੜ ਹੈ ਜਦੋਂ ਸਾਡੇ ਖੇਤਾਂ ਨੂੰ ਪਾਣੀ ਦੀ ਲੋੜ ਹੈ ਨਰਮਿਆਂ ਨੂੰ ਲੋੜ ਹੈ ਤਾਂ ਅੱਜ ਸਾਡੇ ਜਿਹੜਾ ਇਹ ਟੇਲ ਦੀ ਵਜ੍ਹਾ ਨਾਲ ਕਿਉਂਕਿ ਸਾਡਾ ਪਿੰਡ ਹੈ ਟੇਲ ਤੇ ਪੈਂਦਾ ਅੱਜ ਇੱਥੇ ਪਾਣੀ ਨਹੀਂ ਆ ਰਿਹਾ ਬਿਲਕੁਲ ਨਾ ਮਾਤਰੀ ਪਾਣੀ ਆ ਰਿਹਾ ਮੈਂ ਕਹੂੰਗਾ ਕਦੇ ਥੋੜਾ ਆ ਗਿਆ ਕਦੇ ਖਤਮ ਹੈ ਕਦੇ ਆ ਗਿਆ ਥੋੜਾ ਬਹੁਤਾ ਖਤਮ ਹੈ ਪਰ ਜਦੋਂ ਇਹ ਆਉਣ ਵਾਲੇ ਬਰਸਾਤੀ ਦਿਨ ਆਉਣਗੇ ਨਾ ਤਾਂ ਇੱਥੇ ਜਿਹੜਾ ਇਹ ਖਾਲ ਹੈ ਉੱਪਰ ਤੱਕ ਡਟਿਆ ਆਏਗਾ ਖਾਲ ਦੇ ਉੱਪਰੋਂ ਦੀ ਪਾਣੀ ਨਿਕਲੇਗਾ ਕਿਉਂਕਿ ਜਿਹੜੇ ਪਿੱਛੇ ਤੋਂ ਹੈਗੇ ਜਿਹੜੇ ਸਾਰੇ ਦੇ ਸਾਰੇ ਮੋਗੇ ਆ ਜਿਹੜੇ ਬੰਦ ਹੋ ਜਾਣੇ ਹਨ ਮਗਰਲੇ ਪਿੰਡਾਂ ਨੇ ਜਿਹੜੇ ਮੋਗਿਆਂ ਵਾਲੇ ਉਹਨਾਂ ਨੇ ਬੰਦ ਕਰ ਦਿੰਦੇ ਤੇ ਟੇਲ ਦੇ ਉੱਤੇ ਸਾਰਾ ਪਾਣੀ ਆ ਜਾਣਾ ਤਾਂ ਉਸ ਸਮੇਂ ਸਾਡੇ ਖੇਤਾਂ ਨੂੰ ਜ਼ਰੂਰਤ ਨਹੀਂ ਹੈਗੀ ਪਾਣੀ ਦੀ ਤੇ ਉਲਟਾ ਉਹ ਫਾਇਦੇ ਦੀ بجائے ਉਹਦਾ ਨੁਕਸਾਨ ਹੁੰਦਾ ਕਿਉਂਕਿ ਉਹ ਫਸਲਾਂ ਨੂੰ ਫਿਰ ਨੁਕਸਾਨ ਹੀ ਕਰੇਗਾ ਅਸੀਂ ਉਹ ਜਿਹੜੇ ਪਾਣੀ ਨੂੰ ਸਾਂਭਣ ਦਾ ਸਾਹਮਣ ਦਾ ਇੱਕ ਉਪਰਾਲਾ ਕੀਤਾ ਹੈ ਉਹ ਪਾਣੀ ਨੂੰ ਅਸੀਂ ਇਹ ਜਿਹੜਾ ਬਿਲਕੁਲ ਇਥੋਂ ਖਾਲ ਤੋਂ نیچے ਇੱਥੇ ਤਿੰਨ ਡਿੱਗੀਆਂ ਬਣਣੀਆਂ ਜਿਨ੍ਹਾਂ ਦੇ ਵਿੱਚ ਰੇਗ ਇਕੱਠੀ ਹੋਣੀ ਹੈ ਅਲੱਗ-ਅਲੱਗ ਤਿੰਨ ਉਸ ਤੋਂ ਬਾਅਦ ਇਹ ਜਿਹੜਾ ਆਹ ਹਸਤ ਹੈਗੀ ਇਸ ਤੋਂ ਬਾਅਦ ਇਹ ਜਿਹੜਾ ਫਿਲਟਰ ਦੇ ਵਿੱਚ ਪੈਣਾ ਇਹਦੇ ਵਿੱਚ ਬਕਾਇਦਾ ਅਸੀਂ ਫਿਲਟਰ ਬਣਾਵਾਂਗੇ ਚਾਰ ਲੀਟਰ ਦਾ ਫਿਲਟਰ ਬਣਾਣਾ ਇਹ ਜਿਹੜਾ ਤੁਸੀਂ ਦੇਖਿਆ ਸੀ ਇਹ ਤਾਂ ਲਿਆਂਦਾ ਘੰਗਰ ਤੇ ਪਿੱਲਾ ਪਲਾਸ ਹੈ ਗਈ ਰੋੜਾ ਇਹ ਪਾਉਣਾ ਉਸ ਤੋਂ ਉੱਪਰ ਜਿਹੜਾ ਪੱਥਰ ਪਾਣਾ ਜਿਹੜਾ ਆਪਣੇ ਸੜਕਾਂ ਤੇ ਹੁੰਦਾ ਹੈ ਮੋਟਾ ਉਸ ਤੋਂ ਉੱਪਰ ਕੋਲਾ ਪਾਣਾ ਜਿਹਨੂੰ ਚਾਰਕੋਲ ਕਿਹਾ ਜਾਂਦਾ ਹੈ ਤੇ ਉਸ ਤੋਂ ਉੱਪਰ ਹੈ ਜਿਹੜਾ ਮੋਟਾ ਬਰੀਕ ਬਾਜਰੀ ਪਣੀ ਹੈ ਚਾਰ ਫੀਟ ਦਾ ਜਿਹੜਾ ਉਹ ਫੇਰ ਹੈ ਜਿਹੜਾ ਜਿੱਥੋਂ ਤੱਕ ਤੁਸੀਂ ਪਲਾਸਟਰ ਦੇਖ ਰਹੇ ਹੋ ਇੰਨਾ ਇਹ ਪਾਣੀ ਨਾ ਭਰਨਾ ਹੈਗਾ ਤੇ نیچے ਜਿਹੜਾ ਹੈਗਾ 15 ਕਰੀਬ ਦੇ ਫੋਟਾ ਜਿਹੜਾ ਫਿਲਟਰ ਬਣਾਉਣਾ ਵਿੱਚ ਤੇ ਫੇਰ نیچے ਇਹਦੇ ਚ ਜਿਹੜੀ ਬੋਰਿੰਗ ਵਾਲੀ ਤੁਸੀਂ ਪਾਈਪ ਦੇਖ ਰਹੇ ਹੋ ਇਹ ਪਾਈਪ ਦਾ ਹੈਗਾ نیچے ਸਾਰੇ ਸਕੂਲ ਇਹਦੇ ਵਿੱਚ ਖੂਹ ਦੇ ਵਿੱਚ ਫਿਲਟਰ ਕਮਾ ਦੇਵਾਂਗੇ ਤੇ ਉਹ ਜਿਹੜਾ ਉੱਪਰੋਂ ਜੀਰ ਕੇ ਪਾਣੀ ਜਾਏਗਾ ਨਾ ਜੋ ਫਿਲਟਰ ਆਹੀਂ ਜੀਰ ਕੇ ਜਾਏਗਾ ਫਿਰ ਉਹ ਧਰਤੀ ਦੇ ਵਿੱਚ ਬੋਰ ਰਾਹੀਂ 220 ਫੁੱਟ ਦੀ ਡੰਗਾਈ ਤੇ ਜਿਹੜਾ ਪਤਨਦੇ ਹੋ ਜਾਏਗਾ ਉਸਕ ਅਸੀਂ ਇਹਦੇ ਵਿੱਚ ਕੀ ਕੀਤਾ ਹੈ ਕਿ 10 ਫੁੱਟ ਉੱਪਰਲੀ ਲੈਵਲ ਵਾਸਤੇ ਬਰੇਤੀ ਦੇ ਵਿੱਚ ਕਰਤਾ ਹੈ ਖੂ ਕਿਉਂਕਿ ਖੂ ਵੀ ਪੀ ਸਕੇ ਨਾਲ ਦੀ ਨਾਲ ਖੂ ਵੀ ਪਾਣੀ ਪੀਊਗਾ ਤੇ 220 ਫੁੱਟ ਵਾਲੀ ਜਿਹੜੀ ਪਤਨ ਹੈ ਉਹਦੇ ਵਿੱਚ ਵੀ 220 ਫੁੱਟ ਤੇ ਪਾਣੀ ਭੇਜਣ ਦਾ ਸਾਡਾ ਇਹ ਕਾਰਨ ਹੈ ਕਿਉਂਕਿ ਇਹ ਨਹਿਰੀ ਪਾਣੀ ਹੈ ਨਹਿਰੀ ਪਾਣੀ ਨੂੰ ਅਸੀਂ ਵਧੀਆ ਮੰਨਦੇ ਹਾਂ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਬਹੁਤਾ ਚੰਗਾ ਪਾਣੀ ਨਹੀਂ ਹੈਗਾ ਖਾਸ ਤੌਰ ਤੇ ਸਾਡੇ ਏਰੀਏ ਦੇ ਲਈ ਕਹਿ ਲਈਏ ਜੇ ਮਾਲਵਾ ਕਿਤੇ ਦੀ ਗੱਲ ਕਰ ਲਈਏ ਤਾਂ ਆਪਾਂ ਤੇ ਅਸੀਂ ਜਿਹੜਾ ਇੱਥੇ 220 ਫੁੱਟ ਤੇ ਪਾਣੀ ਭੇਜਣਾ ਹੈ ਸਾਹਮਣੇ ਵਾਟਰ ਬਾਕਸ ਹੈ ਵਾਟਰ ਬਾਕਸ ਵਾਲੀ ਜਿਹੜੀ ਬੋਰਿੰਗ ਹੈ ਜਿਹੜਾ ਪੂਰੇ ਪਿੰਡ ਨੂੰ ਪਾਣੀ ਜਾ ਰਿਹਾ ਹੈ ਉਹ ਵੀ 220 ਫੁੱਟ ਦੀ ਡੰਗਾਈ ਤੇ ਹੈ ਜੇ ਇਹ ਪਣੀ ਜੀਰਨਾਂ ਤਾਂ ਕਿਤੇ ਨਾ ਕਿਤੇ ਉਹ ਪਾਣੀ ਨੂੰ ਹੈ ਜਿਹੜਾ ਸਾਫ਼ ਕਰੂਗੀ ਤਾਂ ਉਹ ਸਾਡੇ ਨਗਰ ਦੇ ਵਿੱਚ ਉਹੀ ਪਾਣੀ ਅੱਗੇ ਜੀਰ ਕੇ ਇੱਥੋਂ ਪਾਣੀ ਉਸੇ ਬੋਰ ਰਹੀਂ ਕਿਤੇ ਨਾ ਕਿਤੇ ਉਹਨੂੰ ਪਿੰਡ ਦੇ ਲੋਕਾਂ ਨੂੰ ਵੀ ਤਾਂ ਕਰਕੇ ਵੀ ਵਧੀਆ ਪਾਣੀ ਮਿਲ ਸਕੇ ਇਹ ਉਪਰਾਲਾ ਕੀਤਾ ਗਿਆ ਵੀ ਨਾਲ ਜੇ ਖੂਹ ਦਾ ਕੀਤਾ ਤਾਂ ਨਾਲ ਅਸੀਂ ਬੋਰਿੰਗ ਦਾ ਕੀਤਾ ਹਾਂ ਭਾਈ ਇਹ ਪੰਜਾਬ ਦੇ ਬਹੁਤੇ ਪਿੰਡਾਂ ਦੇ ਵਿੱਚੇ ਹੋਣਾ ਜ਼ਰੂਰੀ ਕਿਉਂਕਿ ਪੰਜਾਬ ਦੇ ਸਰਕਾਰ ਤਾਂ ਸਹਿਰਦਾ ਦੇ ਨਾਲ ਇਹ ਕਦਮ ਨਹੀਂ ਚੱਕ ਰਹੀ ਤੁਸੀਂ ਸਰਕਾਰ ਦਾ ਕੋਈ ਸਹਿਯੋਗ ਹੈ ਇਸ ਕੰਮ ਦੇ ਵਿੱਚ ਸਰਕਾਰ ਦਾ ਬਿਲਕੁਲ ਨਹੀਂ ਵੀਰੇ ਅਸੀਂ ਆਪਣੇ ਲੈਵਲ ਤੇ ਮੈਂ ਧੰਨਵਾਦੀ ਆ ਮੇਰੇ ਵੀਰਾਂ ਦਾ ਚੈਨ ਵੀਰ ਹੋ ਗਿਆ ਚਿੱਲਾ ਪਿੰਡ ਤੋਂ ਆ ਮਹਾਲੀ ਤੋਂ ਆ ਸਰਬਜੀਤ ਵੀਰ ਹੋ ਗਿਆ ਪ੍ਰਗਟ ਵੀਰ ਹੋ ਗਿਆ ਉਹਨਾਂ ਦੇ ਸਹਿਯੋਗ ਨਾਲ ਵੀਰੇ ਅਸੀਂ ਰਲ ਮਿਲ ਕੇ ਹੈ ਓਪਰੇਲ ਹੈ ਨਗਰ ਵਾਸੀਆਂ ਦਾ ਸਹਿਯੋਗ ਹੈ ਜਿਹੜੇ ਨਾਲ ਆ ਕੇ ਜਦੋਂ ਜਿਹਦੇ ਕੋਲੇ ਜੇ ਕਿਸੇ ਕੋਲੇ ਘੰਟਾ-ਘੰਟੇ ਦਾ ਕੰਮ ਕਰਵਾਉਂਦੇ ਆ 2 ਘੰਟੇ ਦਾ 2 ਘੰਟੇ ਜਿਹੜਾ ਪੂਰੇ ਦਿਨ ਕਰ ਕੰਮ ਕਰਵਾ ਸਕਦਾ ਉਹ ਵੀ ਆ ਕੇ ਨਾਲ ਕੰਮ ਕਰਵਾਉਂਦਾ ਹੈ ਤਾਂ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਹਰ ਪਿੰਡ ਹਰ ਪਿੰਡ ਚ ਹੋਣੇ ਚਾਹੀਦੇ ਆ ਇਹ ਸਰਕਾਰ ਨੂੰ ਅਸੀਂ ਇੱਕ ਮਾਡਲ ਬਣਾ ਕੇ ਦੇ ਰਹੇ ਆ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਦਾਂ ਦੇ ਉਪਰਾਲੇ ਕਰੋ ਜੇ ਪੰਜਾਬ ਨੂੰ ਬਚਾਉਣਾ ਹੈ ਪਾਣੀ ਤੋਂ ਬਿਨਾ ਅਸੀਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ ਕੱਲੇ ਮਨੁੱਖ ਦੀ ਨਹੀਂ ਹਰ ਪ੍ਰਜਾਤੀ ਦੇ ਜੀਵਨ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ ਪਾਣੀ ਤੋਂ ਬਿਨਾ ਕਿਸੇ ਵੀ ਧਰਤੀ ਨੂੰ ਬਚਾਇਆ ਨਹੀਂ ਜਾ ਸਕਦਾ ਤੇ ਇਦਾਂ ਦੇ ਉਪਰਾਲੇ ਲਾਜ਼ਮੀ ਆ ਸਰਕਾਰ ਨੂੰ ਵੀ ਅਪੀਲ ਕਰਾਂਗੇ ਵੀ ਇਦਾਂ ਦੇ ਉਪਰਾਲੇ ਕਰੋ ਜਿਆਦਾ ਤੋਂ ਜਿਆਦਾ ਗੁਰਬਾਣੀ ਦੇ ਵਿੱਚ ਵੀ ਪਾਣੀ ਦੀ ਮਹੱਤਤਾ ਦੱਸੀ ਗਈ ਹੈ ਆਪਾ ਉਹਨੂੰ ਗੁਰੂ ਪਾਣੀ ਵੀ ਤਾਂ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਇ ਦਾਇਆ ਖੇਲਾ ਸਗਲ ਜਗਤ ਗੁਰਬਾਣੀ ਦੇ ਵਿੱਚ ਵੀ ਪਾਣੀ ਦੀ ਮਹੱਤਤਾ ਦੱਸੀ ਗਈ ਹੈ ਤੇ ਸਰਕਾਰ ਨੂੰ ਵੀ ਬੜੀ ਸਵਿਰਦਾ ਦੇ ਨਾਲ ਕਿਉਂਕਿ ਬੜਾ ਸੀਰੀਅਸ ਮੁੱਦਾ ਪੰਜਾਬ ਦਾ ਪਾਣੀ ਦਾ ਤੇ ਚਿੱਟੇ ਦਾ ਬੜਾ ਸੀਰੀਅਸ ਮੁੱਦਾ ਪੰਜਾਬ ਕੋਲ ਪਾਣੀ ਸਿਰਫ 20 ਸਾਲ ਦਾ ਬਚਿਆ ਯੂਨੋ ਨੇ ਐਲਾਨ ਕਰ ਦਿੱਤਾ ਕਿ 20 ਸਾਲ ਦਾ ਪਾਣੀ ਜਿਹੜਾ ਪੰਜਾਬ ਦੇ ਕੋਲ ਬਚਿਆ ਤੇ ਆਉਣ ਵਾਲੀਆਂ ਨਸਲਾਂ ਨੂੰ ਸੀ ਜਵਾਬ ਦੇ ਹੋਵਾਂਗੇ ਤੇ ਅਸੀਂ ਪੰਜਾਬ ਦੇ ਪਾਣੀਆਂ ਤੇ ਲੜਾਈ ਕਿਉਂ ਨਹੀਂ ਲੜੀ ਤਾਂ ਅਸੀਂ ਕਿੱਥੇ ਸੀ ਜਦੋਂ ਪੰਜਾਬ ਦੇ ਪਾਣੀ ਖਤਮ ਹੋ ਰਹੀ ਸੀ ਮਾਲਵੇ ਦੀ ਗੱਲ ਕਰ ਲਈਏ ਤਾਂ ਮਾਲਵਾ ਵੱਡੀ ਪੱਧਰ ਤੇ ਜਿਹੜਾ ਕੈਂਸਰ ਦਾ ਜਿਹੜਾ ਕੈਂਸਰ ਦੀ ਬਿਮਾਰੀ ਆ ਵੱਡੀ ਪੱਧਰ ਤੇ ਮਾਲਵੇਰੀ ਦੀ ਗੱਲ ਕਰ ਲਈਏ ਤਾਂ ਜਿਹੜੀ ਤੁਹਾਨੂੰ ਟ੍ਰੇਨ ਆ ਉਹ ਜਾਂਦੀ ਆ ਕੈਂਸਰ ਦੀ ਭੜੇ ਹੋਈ ਮਰੀਜ਼ਾਂ ਦੀ ਟ੍ਰੇਨ ਜਾਂਦੀ ਆ ਤਾਂ ਉਹ ਵੱਡੇ ਪੱਧਰ ਤੇ ਬਈ ਜਿਹੜਾ ਕਾਰਨ ਆ ਉਹ ਪਾਣੀ ਦਾ ਕਾਰਨ ਆ ਕੋਈ ਪਾਣੀ ਜ਼ਹਿਰੀਲੇ ਹੋ ਗਏ ਬਿਲਕੁਲ ਵੀਰੇ ਜਿੱਦਾਂ ਹੁਣ ਮੈਂ ਗੱਲ ਕਰਾਂ ਤੁਹਾਨੂੰ ਆ ਬਠਿੰਡੇ ਦੇ ਬਿਲਕੁਲ ਨਾਲ ਆ ਚਿੱਟੀਆਂ ਪਿੰਨ ਚਿੱਟੀਆਂ ਪਿੰਡ ਹੈ ਕਿ ਚਿੱਟੀਆਂ ਸੱਪੜੀਆਂ ਉੱਥੋਂ ਦੇ ਸਾਨੂੰ ਤੁਸੀਂ ਦੇਖਿਆ ਨਿਊਜ਼ਾਂ ਵੀ ਆਈਆਂ ਬਹੁਤ ਜ਼ਿਆਦਾ ਇੱਕ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪਲਿਓਟ ਹੋ ਚੁੱਕਾ ਹੈ ਮੇਰੇ ਪਿੰਡ ਦੇ ਵਿੱਚ ਵੀ ਹੈਗੇ ਅੱਜ ਇੱਕ ਮੈਂ ਕਹਿੰਦਾ ਵੀ ਦਰਜਣ ਦੇ ਕਰੀਬ ਹੈ ਜਿਹੜਾ ਮੇਰੇ ਦੇਖਦੇ ਦੇਖਦੇ ਕੈਂਸਰ ਨਾਲ ਮੌਤਾਂ ਹੋ ਚੁੱਕੀਆਂ ਅੱਜ 5 ਤੋਂ 6 ਮਰੀਜ਼ ਹੈ ਜਿਹੜੇ ਅੱਜ ਪਿੰਡ ਦੇ ਵਿੱਚ ਵੀ ਬੈਠੇ ਆ ਕੈਂਸਰ ਵਾਲੇ ਤੇ ਇਹ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਮੈਂ ਹੁਣੇ-ਹੁਣੇ ਪਹਿਲਾਂ ਵੀਰੇ ਦੇਖ ਰਿਹਾ ਸੀ ਇੱਕ ਫਬੂਰ ਦਾ ਪਿੰਡ ਹੈਗਾ ਜਿੱਥੇ ਕੈਂਸਰ ਦੇ 50-50 ਮਰੀਜ਼ ਇੱਕ ਪਿੰਡ ਦੇ ਵਿੱਚ ਬੈਠੇ ਆ ਤੇ ਐਦਾਂ ਦਾ ਕੋਈ ਪਰਿਵਾਰ ਨਹੀਂ ਐਦਾਂ ਦਾ ਕੋਈ ਘਰ ਨਹੀਂ ਹੈਗਾ ਜਿਹਦੇ ਵਿੱਚ ਕੋਈ ਨਾ ਕੋਈ ਜਾਂ ਮਦਬੁੱਧੀ ਨਾ ਪੈਦਾ ਹੋ ਚੁੱਕੇ ਜਾਂ ਅਪਾਹਜ ਬੱਚਾ ਨਾ ਪੈਦਾ ਹੋ ਰਿਹਾ ਹੋਵੇ ਇਹ ਕਿਤੇ ਨਾ ਕਿਤੇ ਸਾਰੇ ਕਾਰਨ ਹੈ ਇਹ ਪਾਣੀ ਦੇ ਕਾਰਨ ਹੈ ਜੇ ਅਸੀਂ ਪਾਣੀ ਨੂੰ ਨਾ ਬਚਾਇਆ ਤਾਂ ਅਸੀਂ ਜਿੱਦਾਂ ਪਹਿਲਾਂ ਵੀ ਗੱਲ ਕਰੀਏ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ ਉਹ ਚਿੱਟੀਆਂ ਸੱਪਣੀਆਂ ਪਿੰਡ ਹੈ ਉਹ ਇੰਨਾ ਕਿ ਪਲੂਟ ਹੋ ਚੁੱਕਿਆ ਵੀਰ ਉੱਥੇ ਪਾਣੀ ਕਾਲੇ ਰੰਗ ਦਾ ਮੈਂ ਦਰ ਕਹਿ ਲਈਏ ਤਾਂ ਤੇ ਹੁਣ ਅਸੀਂ ਉਹਦਾ ਸੈਂਪਲ ਹੈ ਜਿਹੜਾ ਖਾਲਸਾ ਸਾਈਡ ਵੱਲੋਂ ਗਿਆ ਹੈਗਾ ਉਹ ਮਹਾਲੀ ਦਿੱਤਾ ਹੈਗਾ ਉੱਥੇ ਵੀ ਵੱਡੇ ਲੈਵਲ ਤੇ ਮੈਂ ਧੰਨਵਾਦ ਵੀ ਕਰੂੰਗਾ ਖਾਲਸਾ ਸਾਈਡ ਦਾ ਜੋ ਇਦਾਂ ਦੇ ਉਪਰਾਲੇ ਕਰ ਰਹੀ ਹੈ ਸਰਕਾਰ ਨੂੰ ਵੀ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਉੱਥੇ ਵੱਡੇ ਪੱਧਰ ਤੇ ਉਹ ਜਿਹੜਾ ਵੱਡਾ ਪੂਰੇ ਪਿੰਡ ਵਾਸਤੇ ਇੱਕ ਇਦਾਂ ਦਾ ਆਰਓ ਸਿਸਟਮ ਲਾ ਰਹੇ ਹੈ ਤਾਂ ਕਿ ਸਾਫ਼ ਪਾਣੀ ਉਹਨਾਂ ਨੂੰ ਮਹੱਈਆ ਹੋ ਸਕੇ ਤੇ ਪਾਣੀ ਤਾਂ ਵੀਰੇ ਲਾਜ਼ਮੀ ਹੈ ਪਾਣੀ ਤੋਂ ਬਿਨਾ ਨਹੀਂ ਕਲਪਨਾ ਕੀਤੀ ਜਾ ਸਕਦੀ ਇਹਨਾਂ ਪਾਣੀਆਂ ਨੂੰ ਬਚਾਉਣਾ ਪਏਗਾ ਧਰਤੀ ਹੇਠਲੇ ਪਾਣੀ ਨੂੰ ਸਾਨੂੰ ਬਚਾਉਣਾ ਪਏਗਾ ਉਹਨੂੰ ਸੰਭਾਲਣਾ ਪਏਗਾ ਉਹਦੀ ਸੰਭਾਲ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਇਦਾਂ ਦੇ ਉਪਰਾਲੇ ਕਰਾਂਗੇ ਸਾਨੂੰ ਵਾਤਾਵਰਣ ਪ੍ਰਤੀ ਜ਼ਿਆਦਾ ਤੋਂ ਜ਼ਿਆਦਾ ਰੁਖ ਲਾਉਣੇ ਪੈਣਗੇ ਤੇ ਸਾਨੂੰ ਚਿੰਤਤ ਹੋਣਾ ਪਏਗਾ ਨੌਜਵਾਨ ਨੂੰ ਚਿੰਤਤ ਹੋਣਾ ਪਏਗਾ ਹਰ ਵਰਗ ਨੂੰ ਚਿੰਤਤ ਹੋਣਾ ਪਵੇਗਾ ਜੇ ਸਮਾਜ ਨੂੰ ਬਚਾਉਣਾ ਹੈ ਤਾਂ ਆ ਸਰਕਾਰਾਂ ਨੂੰ ਵੀ ਕਿਤਨਾ ਕਿਤੇ ਬਰਾਬਰ ਦਾ ਸਹਿਯੋਗਾ ਜਿਹੜਾ ਉਹ ਦੇਣਾ ਚਾਹੀਦਾ ਸਰਕਾਰ ਦਾ ਸਹਿਯੋਗ ਹੋਣਾ ਚਾਹੀਦਾ ਮੰਡੀ ਮੰਡੀ ਖੁਰਦ ਪੰਜਾਬ ਦਾ ਪਹਿਲਾ ਪਿੰਡ ਆ ਜਿੱਥੇ ਬੋਰ ਕੀਤਾ ਗਿਆ ਗੁਰਤੇਜ ਸਿੰਘ ਦੇ ਖੇਤ ਦੇ ਵਿੱਚ ਜਿੱਥੇ ਜਿਹੜਾ ਫਾਲਤੂ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਆਉਂਦਾ ਜਾਂ ਸੋਇਆਂ ਦਾ ਪਾਣੀ ਆਉਂਦਾ ਉਹ ਪਾਣੀ ਦੀ ਬਰਬਾਦੀ ਹੋਣ ਤੋਂ ਬਚਾਉਣ ਦੇ ਲਈ ਖੇਤ ਦੇ ਵਿੱਚ ਬੋਰ ਕੀਤਾ ਗਿਆ ਕਿਉਂਕਿ ਜਿਹੜਾ ਬਾਧੂ ਫਾਲਤੂ ਪਾਣੀ ਆਉਣਾ ਕਿ ਬਾਈ ਨੇ ਦੱਸਿਆ ਕਿ ਜਿਹੜੇ ਸਮੇਂ ਪਾਣੀ ਦੀ ਲੋਡ ਨਹੀਂ ਹੁੰਦੀ ਖੇਤਾਂ ਦੇ ਵਿੱਚ ਪਾਣੀ ਦੀ ਬਰਬਾਦੀ ਹੁੰਦੀ ਹੈ ਉਸ ਸਮੇਂ ਦੇ ਪਾਣੀ ਜਿਹੜਾ ਬਾਹਰੋਂ ਆ ਕੇ ਖੂਹ ਦੇ ਵਿੱਚ ਪਾਣਾ ਪਾਇਪ ਰਾਹੀਂ ਧਰਤੀ ਦੇ ਵਿੱਚ ਜਾਣਾ ਜਿਹੜਾ ਪਾਣੀ ਦਾ ਲਾਇਬਲਾ ਕਿਤੇ ਨਾ ਕਿਤੇ ਉਹਨੂੰ ਵੀ ਸਹਯੋਗ ਮਿਲਣਾ ਤੇ ਪੰਜਾਬ ਦੇ ਬਹੁਤੇ ਪਿੰਡਾਂ ਦੇ ਵਿੱਚ ਇਹ ਬੋਰ ਹੋਣੇ ਚਾਹੀਦੇ ਆ ਫੇਸਬੁੱਕ ਤੇ ਪੋਸਟਾਂ ਪਾਉਣ ਦੇ ਨਾਲ ਦਾ ਵਿਧਾਨ ਸਭਾ ਦੇ ਮੁੱਦੇ ਦੇ ਵਿੱਚ ਮੁੱਦੇ ਚੱਕਰ ਦੇ ਨਾਲ ਪਾਣੀ ਦਾ ਮਸਲਾ ਜਿਹੜਾ ਉਹ ਹੱਲ ਨਹੀਂ ਹੋਣਾ ਵਿਧਾਨ ਸਭਾ ਦੇ ਵਿੱਚ ਮੁੱਦੇ ਉੱਠਦੇ ਨੇ ਪਰ ਮੁੱਦੇ ਉੱਠ ਕੇ ਹਮੇਸ਼ਾ ਥੱਲੇ ਵਹ ਜਾਂਦੇ ਨੇ ਵੋਟਾਂ ਦੇ ਲਈ ਸਿਰ ਮੁੱਦੇ ਉੱਠਦੇ ਆ ਅਕਸਰ ਪੰਜਾਬ ਦੇ ਲੋਕ ਚਿਤਾਉਣ ਵਾਲੇ ਆ ਤੁਹਾਨੂੰ ਵਿਧਾਨ ਸਭਾ ਭੇਜਣ ਵਾਲੇ ਆ ਤਾਂ ਪੰਜਾਬ ਦੀ ਤੁਸੀਂ ਗੱਲ ਨਹੀਂ ਕਰੋਗੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰੋਗੇ ਤਾਂ ਕੀ ਪੰਜਾਬ ਦੇ ਲੋਕ ਤੁਹਾਨੂੰ ਲੰਬੇ ਸਮੇਂ ਦੇ ਲਈ ਪੰਜਾਬ ਦੀ ਬਾਗਡੋਰ ਦੇਣਗੇ ਤਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਹੈ ਕਿ ਬੜਾ ਸੀਰੀਅਸ ਮੁੱਦਾ ਪੰਜਾਬ ਦਾ ਪਾਣੀਆਂ ਦਾ ਮੁੱਦਾ ਜਿਉ ਐਨਓ ਯੂ ਐਨਓ ਵਾਰ-ਵਾਰ ਕਹ ਰਹੀ ਕਿ ਪੰਜਾਬ ਦੇ ਕੋਲ ਪਾਣੀ 20 ਸਾਲ ਦਾ ਹੈ ਜਿਵੇਂ ਬਾਇਰਾਂਸ ਹੈ ਕਿ ਮਾਲਵੇ ਜ਼ਿਲ੍ਹੇ ਮਾਲਵੇ ਦੀ ਗੱਲ ਕਰ ਲਈਏ ਤਾਂ ਪਿੰਡ ਦੀ ਗੱਲ ਕੀਤੇ ਆ ਬਾਈ ਨੇ ਕਿ ਜਿਹੜਾ ਪਾਣੀ ਆ ਉਹ ਕਾਲੇ ਰੰਗ ਦਾ ਹੋ ਚੁੱਕਾ ਬਿਲਕੁਲ ਸੈਂਪਲ ਉਹਦੇ ਭੇਜੇ ਗਏ ਆ ਤੇ ਵੱਡੀ ਪੱਧਰ ਜਿਹੜੇ ਕੈਂਸਰ ਦੇ ਮਰੀਜ਼ ਆ ਉਹ ਇਸੇ ਕਰਕੇ ਪਾਣੀ ਗੰਧਲੇ ਹੋ ਗਏ ਆ ਕਿਉਂਕਿ ਕੁਦਰਤ ਆ ਕੁਦਰਤ ਨੇ ਸਾਨੂੰ ਬੜਾ ਕੁਛ ਦਿੱਤਾ ਕੁਦਰਤ ਨੇ ਬੜਾ ਕੁਛ ਦਿੱਤਾ ਪਰ ਸਾਥੋਂ ਸਾਂਭਿਆ ਨਹੀਂ ਗਿਆ ਸਾਨੂੰ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਅਸੀਂ ਆਪ ਦੇ ਪੱਧਰ ਤੇ ਬਾਈ ਗੁਰਤੇਜ ਸਿੰਘ ਆਪ ਦੇ ਪੱਧਰ ਦੇ ਆਪਣੇ ਮੰਡੀ ਖੁਰਦ ਪਿੰਡ ਦੇ ਵਿੱਚ ਜਿਹੜਾ ਬੋਰ ਆ ਉਹਨਾਂ ਦਾ ਕੀਤਾ ਹੋਇਆ ਸਹਯੋਗੀ ਨੂੰ ਬਿੰਦ ਕਰੀ ਦਿਖਾ ਦਿੱਤਾ ਜਾਵੇ ਇਹੋ ਬੋਰ ਕੀਤਾ ਹੋਇਆ ਪੱਕੀ ਡਿੱਗੀ ਜਿਹੜੀ ਇੱਥੇ ਬਣਾਈ ਜਾਣੀ ਆ ਤਾਂ ਕਿ ਪਰ ਇਹ ਮੈਂ ਫਿਰ ਭਈ ਅਪੀਲ ਕਰਦੀ ਹਾਂ ਕਿਉਂਕਿ ਸੀਰੀਅਸ ਮੁੱਦਾ ਪੰਜਾਬ ਦਾ ਪੰਜਾਬ ਦੇ ਬਹੁਤ ਬਹੁਤ ਸਾਰੇ ਪਿੰਡਾਂ ਦੇ ਬੱਚੇ ਹੋਣਾ ਚਾਹੀਦਾ ਬਿਲਕੁਲ ਵੀਰੇ ਪਹਿਲਾ ਪਾਣੀ ਜਿਉ ਹੈ ਜਿੱਥੇ ਹਰਿਆ ਸਭ ਕੋਏ ਪਾਣੀ ਤੋਂ ਬਿਨਾ ਤਾਂ ਕੁਝ ਵੀ ਇੱਥੇ ਸੰਭਵ ਨਹੀਂ ਇਹ ਬਹੁਤ ਸਾਰੇ ਪਿੰਡਾਂ ਨਹੀਂ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਇਹ ਜਿਹੜਾ ਸਾਡਾ ਹੈਗਾ ਜਦੋਂ ਬਰਸਾਤਾਂ ਹੁੰਦੀਆਂ ਤਾਂ ਉਹ ਬਰਸਾਤ ਦੇ ਪਾਣੀ ਨੂੰ ਵੀ ਸਾਂਭਣ ਵਾਸਤੇ ਉਪਰਾਲੇ ਹੋਣੇ ਚਾਹੀਦੇ ਆ ਸਰਕਾਰ ਕੋਲੇ ਬੜੀਆਂ ਏਦਾਂ ਦੀਆਂ ਜਗ੍ਹਾਆਂ ਨੇ ਹਰ ਸਕੂਲ ਦੇ ਵਿੱਚ ਹੋਣਾ ਚਾਹੀਦਾ ਹਰ ਧਰਮਸ਼ਾਲਾ ਦੇ ਵਿੱਚ ਹੋਣਾ ਚਾਹੀਦਾ ਹਰ ਵੱਡੇ ਘਰ ਨੂੰ ਮੈਂ ਤਾਂ ਕਹਿਣਾਗੇ ਆਪਣੇ ਲੈਵਲ ਤੇ ਵੀ ਹਰ ਕਰ ਜੋ ਕੁਝ ਜੋ ਕਰ ਸਕਦਾ ਹੈ ਨਾ ਆਪਣਾ ਪਾਣੀ ਤਾਂ ਅਸੀਂ ਸਾਂਭ ਹੀ ਸਕਦੇ ਆ ਜੇ ਅਸੀਂ ਆਪਣਾ ਪਾਣੀ ਵੀ ਘਰ ਦਾ ਜਿਹੜਾ ਸਾਫ਼ ਪਾਣੀ ਹੈ ਸੱਤਾਂ ਦਾ ਪਾਣੀ ਜਿਹੜਾ ਸਾਫ਼ ਪਾਣੀ ਗੰਧਲੇ ਪਾਣੀ ਦੀ ਮੈਂ ਗੱਲ ਨਹੀਂ ਕਰੂੰਗਾ ਜੇ ਸਾਫ਼ ਪਾਣੀ ਅਸੀਂ ਧਰਤੀ ਦੇ ਵਿੱਚ ਪਾਉਣੇ ਆ ਤਾਂ ਅਸੀਂ ਪੰਜਾਬ ਨੂੰ ਬਚਾ ਸਕਦੇ ਆ ਨਹੀਂ ਤਾਂ ਇਹ ਸੰਭਵ ਨਹੀਂ ਹੈ ਜਿਨ੍ਹਾਂ ਵੀ ਸਰਕਾਰੀ ਜਿਵੇਂ ਨਾ ਪਿੰਡਾਂ ਦੇ ਵਿੱਚ ਪਈਆਂ ਸਰਕਾਰ ਨੂੰ ਚਾਹੀਦੇ ਕੋ ਨਾ ਜਿਵੇਂ ਨਾ ਦੇ ਵਿੱਚ ਦੋ ਦੋ ਬੋਰ ਕਰ ਦਿੱਤੇ ਜਾਂ ਜਿਵੇਂ ਥੋੜਾ ਬੋਰ ਕੀਤਾ ਹੋਇਆ ਹੋ ਸਕਦਾ ਹੈ ਇਸ ਤਰ੍ਹਾਂ ਬਿਲਕੁਲ ਹੋ ਸਕਦਾ ਵੀਰੇ ਪਰ ਇਹ ਸਾਫ਼ ਪਾਣੀ ਇਹ ਨਾ ਹੋਵੇ ਕਿਤੇ ਅਸੀਂ ਖੇਤਾਂ ਦਾ ਪਾਣੀ ਹੈ ਜਿਹੜਾ ਇਕੱਠਾ ਮਤਲਬ ਬਰਸਾਤਾਂ ਦਾ ਪਾਣੀ ਇਕੱਠਾ ਹੋ ਕੇ ਆਇਆ ਅਸੀਂ ਉਹ ਧਰਤੀ 'ਚ ਪਾਈ ਜਾਈਏ ਉਲਟਾ ਅਸੀਂ ਬਚਾਉਣ ਦੀ ਬਜਾਏ ਉਹਨੂੰ ਹੋਰ ਜ਼ਿਆਦਾ ਗੰਧਲਾ ਕਰ ਲਈਏ ਤੇ ਅਸੀਂ ਆਪਣਾ ਜਿਹੜਾ ਬਿਮਾਰੀਆਂ ਨੂੰ ਹੋਰ ਜ਼ਿਆਦਾ ਜਨਮ ਦੇ ਲਈਏ ਇਦਾਂ ਦਾ ਨਹੀਂ ਪਰ ਬਕਾਇਦਾ ਉਹਦਾ ਟ੍ਰੀਟਮੈਂਟ ਬਕਾਇਦਾ ਉਹ ਉਹ ਪਾਣੀ ਹੈ ਜਿਹੜਾ ਜ਼ਿਆਦਾ ਇਕੱਠਾ ਹੁੰਦਾ ਉਹਨੂੰ ਸਟੋਰ ਕਰਕੇ ਕੋਈ ਦੁਬਾਰਾ ਫਸਲਾਂ ਨੂੰ ਦਿੱਤਾ ਜਾਏ ਇਦਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਧਰਤੀ ਦੇ ਵਿੱਚ ਇਹ ਪਾਣੀ ਪਾਉਣੇ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਸਾਫ਼ ਪਾਣੀ ਪਾਓ ਜਿਹੜਾ ਬਰਸਾਤਾਂ ਦਾ ਸੱਤਾਂ ਦਾ ਪਾਣੀ ਤੁਸੀਂ ਪਾ ਲਓ ਪਰ ਖੇਤਾਂ ਦਾ ਇਕੱਠਾ ਕਰਕੇ ਪਾਣੀ ਵੀ ਨਾ ਪਾਓ ਇਹਨਾਂ ਵੀ ਤਿਆਰ ਰੱਖਿਓ ਕਿਉਂਕਿ ਜ਼ਹਿਰੀਲੇ ਸਾਡੀ ਧਰਤੀ ਨੂੰ ਅਸੀਂ ਸਾਨੂੰ ਪਤਾ ਵੀ ਕੀ ਹਾਲ ਕਰ ਚੁੱਕੇ ਹਾਂ ਲਾਜ਼ਮੀ ਹੈ ਜਿਹੜੀਆਂ ਬੇਲੀਆਂ ਪਈਆਂ ਜ਼ਮੀਨਾਂ ਜਿੱਦਾਂ ਤੁਸੀਂ ਕਰਿਆ ਜਿੱਦਾਂ ਅਰਾਊਂਡ ਗਰਾਸ ਵਾਲੇ ਆ ਵੀਰ ਬਹੁਤ ਬੜਾ ਵਧੀਆ ਉਹਨਾਂ ਦਾ ਉਦਮ ਹੈ ਉਹ ਜੰਗਲ ਲਾ ਰਹੇ ਆ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਦਰਖਤ ਲਵਾਉਣ ਤਾਂ ਕਿ ਅਸੀਂ ਇਸ ਧਰਤੀ ਨੂੰ ਬਚਾ ਸਕੀਏ ਜਿਆਦਾ ਤੋਂ ਜਿਆਦਾ ਪੇੜ ਪੌਦੇ ਲੱਗਣ ਐਦਾਂ ਦੇ ਉਪਰਾਲੇ ਬਹੁਤ ਜ਼ਿਆਦਾ ਸਰਕਾਰ ਨੂੰ ਕਰਨੀ ਜ਼ਰੂਰਤ ਹੈ ਵੀਰੇ ਧੰਨਵਾਦ ਬੇਤੁਈ ਸਮਾਂ ਸ਼ੁਕਰੀਆ ਵੀਰ ਜੀ ਮਿਹਰਬਾਨ ਤਾਂ ਭਾਈ ਨੌਜਵਾਨੀ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਤਾਂ ਪੜ੍ਹੇ ਲਿਖਾ ਨੌਜਵਾਨਾ ਗੁਰਤੇਜ ਸਿੰਘ ਮੰਡੀ ਖੁਰਤ ਜ਼ਿਲ੍ਹਾ ਬਠਿੰਡੇ ਦਾ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਆਪਣੇ ਪਿੰਡ ਦੇ ਵਿੱਚ ਨੌਜਵਾਨੀ ਨੂੰ ਜਾਗਣਾ ਚਾਹੀਦਾ ਪੰਜਾਬ ਦੇ ਪਾਣੀਆਂ ਦੀ ਲੜਾਈ ਖੁਦ ਆਪ ਨੂੰ ਲੜਨੀ ਪੈਣੀ ਆ ਤਾਂ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਕਿਦਾਂ ਕਿਤੇ ਜਿਹੜਾ ਬਚਪਾਉਗਾ ਨਹੀਂ ਤਾਂ ਸੇ ਆਉਣ ਵਾਲੀਆਂ ਫਸਲਾਂ ਨੂੰ ਫਸਲਾਂ ਨੂੰ ਜਵਾਬ ਦੇ ਹੋਵਾਂਗੇ ਮੈਂ ਸਿਮਰਜੀਤ ਦਾਣਾ ਕੈਮਰਾਮੈਨ ਗੁਰਸ਼ਰਨ ਦੇ ਨਾਲ ਜੁੜੇ ਰਹੋ ਪੰਜਾਬ ਨੂੰ ਇਸ ਚੈਨਲ ਦੇ ਨਾਲ ਧੰਨਵਾਦ